ਖਾਦੇ ਆ ਖਤਮ ਹੋ ਗਿਆ ਅਸੀਂ ਮਾੜੇ ਨਹੀਂ ਹੈਗੇ ਲੋਕ ਸਾਨੂੰ ਮਾੜਾ ਕਹਿੰਦੇ ਆ ਜੋ ਬੰਦੇ ਕੋਲ ਹੁੰਦਾ ਹੈ ਨਾ ਉਹਨਾਂ ਹੈਪੀ ਨਹੀਂ ਨਾ ਜੋ ਹੁੰਦਾ ਉਹਨੂੰ ਸਾਂਭ ਲਓ ਅਸੀਂ ਵੀ ਕਹਿਣ ਵਾਲੇ ਹੋਈਏ ਸਾਡਾ ਯਾਰ ਆਫਿਸਰ ਆ ਉਹ ਸਾਰੇ ਪ੍ਰੈਸ ਤਾਂ ਕਰ ਆਉਂਦਾ ਜਾਂ ਆਇਆ ਪ੍ਰੈਸ ਨਹੀਂ ਕੀਤਾ ਕੋਟ ਅੱਗੇ ਜ਼ੂਮ ਕਰਕੇ ਡਿਪਾਰਟਮੈਂਟ ਆਫ ਕਰੈਕਸ਼ਨ ਡਿਪਾਰਟਮੈਂਟ ਆਫ ਕਰੈਕਸ਼ਨ ਐਂਡ ਦੈਟ ਲਿਖਿਆ ਆ ਕਰਾਊਨ ਵੀ ਬਣਾਇਆ 1 2 3 ਆ ਉੱਪਰ ਕੀ ਵਾਲ ਜੇ ਕਿਹੜਾ ਆ ਉੱਪਰ ਵਾਲ ਜੇ ਕਿਹੜੇ ਆ ਅੱਜ ਕੰਮ ਬਾਹਰ ਹੀ ਆ ਨਜ਼ਾਰੇ ਲੈ ਰਹੇ ਆ ਵਿੱਚ ਮੀਂਹ ਆ ਜਾਂਦਾ ਵਿੱਚ ਧੁੱਪ ਚੜ ਜਾਂਦੀ ਆ ਬਸ ਆਹ ਲੌਕ ਜਿਹਾ ਖੁੱਲ੍ਹੀ ਜਾਈਦੇ ਆ ਉਹ ਆਉਂਦਾ 5 ਮਿੰਟ ਬਾਅਦ ਆਉਂਦਾ ਮੈਂ ਜਿਉਂ ਇੱਥੇ ਲੱਗਾ ਲੰਮੇ ਪੈ ਗਏ ਛਾਂ ਦੇ ਵਿੱਚ ਨਾ ਇੰਨਾ ਕੁ ਹਿੱਸਾ ਮੂੰਹ ਦਾ ਲੰਮੇ ਪੈ ਗਿਆ ਅਤੇ ਆਨੰਦ ਮਾਣ ਰਹੇ ਆ ਵੈਦਰ ਦਾ ਇੱਧਰ ਚੱਲਣਾ ਉਹ ਗੁਰਪ੍ਰੀਤ ਗੁਰਪ੍ਰੀਤ ਨੇ ਇੱਧਰੋਂ ਹੁੱਕ ਕਰੀ ਜਾਣੇ ਆ ਮੈਂ ਅਨਹੁੱਕ ਕਰੀ ਜਾਂਦਾ ਇੱਧਰੋਂ ਯੋ 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 ਗੋਪੀ ਸਿੰਘ ਇਨ ਦਾ ਹਾਊਸ ਬੇਬੀ ਜਾ ਚੱਲ ਜਾ ਉੱਧਰ ਦੇਖ ਲਾ ਉਹਦੇ ਔਰ ਉਹਨੇ ਬਾਲਟੀ ਰੱਖ ਲਈ ਇਹਦੇ 'ਚ ਬਹਿ ਜਾ ਬਸ ਦੀ ਐਂਡ ਹੋ ਗਿਆ ਜੀ ਲਓ ਜੀ ਕੰਮ ਕਰ ਲਿਆ ਫਿਨਿਸ਼ ਅਤੇ ਜਸ ਨੂੰ ਪਿੱਕ ਕਰਦੇ ਹਾਂ ਅਤੇ ਫਿਰ ਜਾਂਦੇ ਹਾਂ ਸਤੀਸ਼ ਦੇ ਵੱਲ ਆਂਟੀ ਅੰਕਲ ਚੱਲੇ ਸੀਗੇ ਸੈਰ ਕਰਨ ਤਾਂ ਰਾਹ 'ਚ ਆਪਾਂ ਨੂੰ ਮਿਲ ਲਿਆ ਤਾਂ ਹੁਣ ਆਪਾਂ ਜਸ ਨੂੰ ਲੈ ਕੇ ਅਤੇ ਫਿਰ ਚੱਲਦੇ ਹਾਂ ਆਪਾਂ ਚੱਲੇ ਕਿੱਥੇ ਮਤਲਬ ਇਹ ਵੀ ਦੱਸ ਦੇਣਾ ਚੱਲੇ ਕਿੱਥੇ ਸਰਪ੍ਰਾਈਜ਼ ਸਰਪ੍ਰਾਈਜ਼ ਹੈ ਮੇਰੇ ਇੱਥੇ ਬਾਰੀ ਵੱਜ ਗਈ ਯਾਰ ਬਾਰੀ ਰਾਤੀ ਭਰਾਵਾ ਹਨੇਰੇ 'ਚ ਉੱਠਿਆ ਮੈਂ ਮੱਖਣ ਦਾ ਗਾਣਾ ਕਿਹੜਾ ਗਾਣਾ ਆ ਜ਼ਿੰਦਗੀ ਦੇ ਸਤਾਰੇ ਤੋਂ ਮਿਲੇ ਨੇ ਅਸੀਂ ਮਾੜੇ ਨਹੀਂ ਹੈਗੇ ਲੋਕ ਸਾਨੂੰ ਮਾੜਾ ਕਹਿੰਦੇ ਆ ਬੰਦੇ ਕੋਲ ਭਾਵਾਂ ਜਾਂ ਬੰਦਾ ਆ ਨਾ ਆਪਾਂ ਜਦੋਂ ਕਹਿ ਨਹੀਂ ਜੇ ਕੋਈ ਮਰ ਜਾਵੇ ਯਾਰ ਉਹ ਬਹੁਤ ਚੰਗਾ ਸੀ ਉਹ ਏਦਾਂ ਸੀ ਉਹ ਆ ਸੀ ਪਰ ਜਦੋਂ ਚੱਲ ਜਾਣਾ ਉਦੋਂ ਲੋਕ ਕਹਿਣ ਲੱਗ ਪੈਂਦੇ ਆ ਭਾਵੇਂ ਰਿਸ਼ਤੇਦਾਰੀ ਹੋਵੇ ਕੋਈ ਜਿੰਨਾ ਟਾਈਮ ਜੀਂਦਾ ਗਾਲਾਂ ਕੱਢਦੇ ਰਹਿੰਦੇ ਆ ਪਤਾ ਕੀ ਜਿਹੜਾ ਜੋ ਬੰਦੇ ਕੋਲ ਹੁੰਦਾ ਨਾ ਹੈਪੀ ਨਹੀਂ ਨਾ ਜੋ ਹੁੰਦਾ ਉਹਨੂੰ ਸਾਂਭ ਲਓ ਜੀ ਮੈਂ ਉਹੀ ਤਾਂ ਗੱਲ ਹੈ ਜਿਹੜਾ ਜਦੋਂ ਕਿ ਜਿਹੜੀ ਚੀਜ਼ ਕੋਲ ਹੁੰਦੀ ਨਾ ਬਸ ਬੰਦਾ ਉਹ ਕਹਿੰਦਾ ਉਹਦੀ ਕਦਰ ਨਹੀਂ ਹੁੰਦੀ ਬੰਦਾ ਕਹਿੰਦਾ ਮੈਂ ਕੋਈ ਹੋਰ ਚੀਜ਼ ਲਵਾਂ ਜਿੱਦਾਂ ਕਹਿੰਦਾ ਉਹ ਮੈਂ ਇੱਕ ਸੁਣਿਆ ਸੀ ਚਾਦਰਾ ਵਿਚਾਰ ਉਹ 'ਚ ਆਉਂਦੀ ਸੀ ਵੀ ਹਰਮਨ ਕਹਿੰਦੀ ਵੀ ਜਿਹੜੀ ਤਾਂ ਚੀਜ਼ ਬੰਦੇ ਦੇ ਕੋਲ ਹੁੰਦੀ ਆ ਉਹਦੀ ਨਹੀਂ ਕਦਰ ਹੁੰਦੀ ਜਿਹੜੀ ਚੀਜ਼ ਗਵਾ ਲਈ ਹੁੰਦੀ ਆ ਤੇ ਜਿਹੜੀ ਚੀਜ਼ ਨਹੀਂ ਮਿਲੀ ਹੁੰਦੀ ਹਜੇ ਉਹਦੀ ਕਦਰ ਹੁੰਦੀ ਆ ਹਾਂ ਉਹਦੇ ਮਗਰ ਭੱਜਣਾ ਮੈਨੂੰ ਉਹ ਵੀ ਮਿਲ ਜਾਵੇ ਜਦੋਂ ਕੋਈ ਚੀਜ਼ ਜਿਹੜੀ ਭੱਜਣਾ ਵੀ ਉਦੋਂ ਉਹ ਦੇਖਣਾ ਕਿ ਦੂਜੇ ਦੀ ਲਾਈਫ 'ਚ ਆਹ ਚੀਜ਼ ਹੈਗੀ ਆ ਤੇ ਮੇਰੇ ਨਾਲ ਵੀ ਇਦਾਂ ਹੁਣ ਜ਼ਿਆਦਾ ਕਦਰ ਪੈਂਦੀ ਜਦੋਂ ਨਹੀਂ ਹੈਗੇ ਉਦੋਂ ਹੈਗਾ ਸੀ ਚੱਲ ਠੀਕ ਆ ਹੈਗੇ ਯਾਰ ਕੋਈ ਗੱਲ ਨੀ ਆਪਾਂ ਗਰੰਟਡ ਲੈ ਲਈ ਦਾ ਕਈ ਵਾਰੀ ਹੈ ਨਾ ਬਹੁਤ ਚੀਜ਼ਾਂ ਤੇ ਬਾਕੀ ਅਸੀਂ ਹੈ ਨਾ ਐਸਕੇ ਨੇ ਅੱਜ ਫੀਤੀਆਂ ਲੱਗਣੀਆਂ ਐਸਕੇ ਨੇ ਇਹਨਾਂ ਨੇ ਪੜ੍ਹਾਈ ਕਰਨੀ ਉਹ ਉਹ ਬਣਿਆ ਕਰੈਕਸ਼ਨ ਆਫੀਸਰ ਤੇ ਸਾਰਿਆਂ ਨੂੰ ਕਰੈਕਟ ਕਰਨ ਡਿਆ ਜਿਹੜਾ ਜੇਲ੍ਹ ਮੰਤਰੀ ਹੁੰਦੇ ਆ ਜੇਲ੍ਹ ਦਾ ਮੰਤਰੀ ਬਣਿਆ ਜੇਲ੍ਹ ਆਫੀਸਰ ਤਾਂ ਉਹਨੂੰ ਅੱਜ ਮਿਲਣੀ ਆ ਸੈਰਮਨੀ ਆ ਉਹਨਾਂ ਦੀ ਕੋਈ ਉਹਨਾਂ ਨੂੰ ਪਤਾ ਨਹੀਂ ਫੀਤੀਆਂ ਫੂਤੀਆਂ ਕਹਿੰਦਾ ਲਾਉਣੀਆਂ ਮੇਰੇ ਮੋਢਿਆਂ ਤੇ ਅੱਜ ਗੰਢਿਆਂ ਦਾ ਬੋਰਾ ਮਿਲਣਾ ਲਾਲ ਗੰਢਿਆਂ ਤੇ ਕਹਿੰਦਾ ਮੈਨੂੰ ਆਇਓ ਕਹਿੰਦਾ ਮੇਰੇ ਕੋਲ ਮੈਨੂੰ ਮੇਰੇ ਫਰੈਂਡ ਕਹਿੰਦਾ 3 ਜਾਣੇ ਕਹਿੰਦਾ ਮੈਂ ਲੈ ਕੇ ਜਾ ਸਕਦਾ ਨਾਲ ਮੈਂ ਕਹੂੰਗਾ ਓਬਵੀਅਸਲੀ ਜਸ ਆ ਅਤੇ ਇੱਕ ਭੈਣ ਆ ਸਤੀਸ਼ ਦੀ ਭੈਣ ਤਿੰਨੇ ਜਾਣੇ ਅਸੀਂ ਜਾਵਾਂਗੇ ਦੇਖਦੇ ਹਾਂ ਕੀ ਫੀਤੀਆਂ ਲੱਗਦੀਆਂ ਆ ਮੋਢਿਆਂ 'ਤੇ ਅਸੀਂ ਵੀ ਆਪਣੇ ਯਾਰ ਕਹਿਣ ਵਾਲੇ ਹੋਵਾਂਗੇ ਅਸੀਂ ਸਾਡਾ ਯਾਰ ਅਫਸਰ ਆ ਵਧੀਆ ਸਤੀਸ਼ ਦੀ
ਜਦ ਚਾਚਾ ਤਾਇਆ ਬਣਾ ਕੇ ਲੈ ਆਉਂਦੇ ਹੁੰਦੇ ਸੀ ਹਨਾ ਸਾਡੇ ਇਦਾਂ ਹੀ ਕਰਦੇ ਹੁੰਦੇ ਸੀ ਸਕੂਲੇ ਜੇ ਕਿਸੇ ਨੇ ਜ਼ਿਆਦਾ ਕਾਂਡ ਕੀਤੇ ਹੁੰਦੇ ਸੀ ਉਹਨੇ ਕਹਿਣਾ ਮੇਰਾ ਪਿੰਡੋਂ ਫੜ ਲਿਆਉਣਾ ਕਿਸੇ ਨੂੰ ਚਾਚਾ ਆਇਆ ਮੇਰਾ ਆਇਆ ਜੀ ਜੁਬਲੀ ਬਿਲਡਿੰਗ ਜਿੱਦਾਂ ਕਿੱਦਾਂ ਗੋਰੇ ਆਏ ਨਹੀਂ ਆਹ ਰਿਜ਼ਰਵਡ ਆ ਜੁਬਲੀ ਵਾਲਿਆਂ ਦੀ ਆ ਤਾਂ ਕੇ ਲਿਖਿਆ ਆਹ ਜੁਬਲੀ ਲਿਖਿਆ ਤਾਂ ਹੈ ਉੱਪਰ ਉਹ ਲਿਖਿਆ ਜੁਬਲੀ ਮੈਕਸ ਕਿੰਨੇ ਆ 83 ਅੱਛਾ ਐਸਾ ਨੰਬਰ ਆ 83 ਨੰਬਰ 82 ਨੰਬਰ ਆਥੋਰਾਈਜ਼ਡ ਕਿੱਥੇ ਲਿਖਣਾ ਸੀ ਜਿਹਦਾ ਮਤਲਬ ਬੋਰਡ ਤੇ ਥੱਲੇ ਜਿਹਦਾ ਮਾਰਕਿੰਗ ਨਹੀਂ ਕਰਦੇ ਅੱਛਾ ਅੱਛਾ ਬੱਸ ਸਟਾਪ ਲਿਖਣਾ ਸੀ ਖਾਧੀ ਪਿੱਤੀ ਰਾਤ ਨੂੰ ਅੱਗੇ ਪਿੱਛੇ ਪਾ ਦਿਓ ਤੂੰ ਜਾਣਾ ਮੋਰੇ ਕਿਉਂ ਤੂੰ ਹੋ ਮੋਰੇ ਉਹਨੂੰ ਫੋਨ ਲਾਣਾ ਪਹਿਲਾਂ ਕੰਫੀਡੈਂਸ ਦਿਖਾ ਲ ਆਪਣਾ ਕਿੱਥੇ ਹੈ ਹੈ ਕੋਈ ਨਹੀਂ ਇੱਥੇ ਤਾਂ ਆਹ ਖੜੇ ਆ ਸਤੀਸ਼ ਦੇ ਨਾਲ ਦੇ ਮਾਈ ਬ੍ਰਦਰ ਹਾਊ ਆਰ ਯੂ ਬ੍ਰਦਰ ਹਾਊ ਆਰ ਯੂ ਵਧੀਆ ਵਧੀਆ Lattu is a nice name. Yeah. Yeah. Always. I am a Saki Lattu. Chup kar de. Unnu pata hai unnu. Hai. Haan dassi aaya Reef de Lattu da matlab. Tere star palle la rahe ana. Kithe lagne star star da ho main laal bhen udhar baithi hai. Main photo khichi hai. Kal baat kithe. ਅਸੀਂ ਵੀ ਕਹਿਣ ਵਾਲੇ ਹੋਈਏ ਸਾਡਾ ਯਾਰ ਆਫੀਸਰ ਆ ਉਹ ਸਾਰੇ ਪ੍ਰੈਸ ਤਾਂ ਕਰ ਆਉਂਦਾ ਇੱਦਾਂ ਆਇਆ ਹੈ ਪ੍ਰੈਸ ਨਹੀਂ ਕੀਤਾ ਕੋਟ ਕਿੱਥੇ ਯਾਰ ਕਾਲੀ ਕਾਲੀ ਜਾ ਰਹੀ ਇੱਥੇ ਕਿ ਇਹ ਚਲ ਆ ਲਾਟੂ ਨੂੰ ਪੁਛਾ ਲੈਂਦੇ ਸੌਰੀ 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 ਇਸਕਾ ਟੋਪੀ ਮੈਨੂੰ ਦੇ ਰਹੇ ਯਾਰ ਇੱਦਾਂ ਕਹੀ ਜਾਵੇ ਕਿੱਦਾਂ ਭਾਜੀ ਵਧੀਆ ਵਧੀਆ ਬੰਦੀ ਸੁਣਾਓ ਸਹੀ ਆ ਨਹੀਂ ਨਹੀਂ ਸਹੀ ਆ ਥੱਲੇ ਕਰ ਸਮਾਂ ਮਾੜੀ ਜੀ ਹੁਣ ਹੁਣ ਬਣੀ ਗੱਲ ਮੁੰਡਾ ਅੱਗ ਲਾਈ ਜਾਂਦਾ ਥੋੜ੍ਹੀ ਤੜ ਵੀ ਰੱਖ ਨਾ ਅਫਸਰਾਂ ਵਾਲੀ ਦੰਦੀਆਂ ਕੱਢੀ ਜਾਂਦਾ ਅੱਜ ਕੇ ਰੋ ਵਜਾ ਮਾਰ ਕਮ ਹੇਅਰ ਮਾਈ ਇੱਦਾਂ ਓਕੇ 1 2 3 ਸਮਾਈਲ ਹੱਥ ਕਰਾਉਣ ਦਿਆ ਇੱਧਰ ਖਾਣ ਨੂੰ ਕੀ ਆ ਇਸਕੇ ਯਾਰ ਭੁੱਖ ਵੀ ਲੱਗੀ ਯਾਰ ਖਾਣ ਨੂੰ ਕੌਫੀ ਖਾਣ ਨੂੰ ਵੀ ਹੈਗਾ ਸੱਚ ਪ੍ਰੋਗਰਾਮ ਕੀਤਾ ਇੱਥੇ ਇੱਥੇ ਪੀਤੀਆਂ ਲੱਗਣੀਆਂ ਤੇਰੇ ਹਾਂ ਇਹ ਕਹਿੰਦੇ ਉਹ ਕਰਨਾ ਰੀਫਰੈਸ਼ਮੈਂਟ ਜਾਂ ਜਦੋਂ ਆਪਾਂ ਕਰਦੇ ਹੁੰਦੇ ਆ ਹਲਕਾ ਫੁਲਕਾ ਹੋਊਗਾ ਕੋਈ ਨਾ ਆਪਾਂ ਬਾਅਦ ਚ ਡਿਨਰ ਕਰ ਲਾਂਗੇ ਨਹੀਂ ਉਹ ਤਾਂ ਉਦਾਂ ਸ਼ੁਕਰ ਕਰਦੇ ਆ ਓਹੋ ਇਹ ਖੁੱਲ ਗਿਆ ਸੀ ਬ్రో ਆਪੀ ਜਿੱਦਾਂ ਉਹ ਜੱਟਨ ਜੂਲੀਅਟ ਨਹੀਂ ਕਹਿੰਦਾ ਡੰਡਾ ਆ ਢਿੱਡ ਦੇ ਢਿੱਡ ਦੇ ਥੱਲੇ ਢੰਡਾ ਲਾ ਕਹਿੰਦਾ ਇਹ ਤਾਂ ਚੁੱਕਣ ਨੂੰ ਆ ਕਹਿੰਦਾ ਢਿੱਡ ਵਧੀਆ ਲੱਗਣ ਦਿਆ ਹਾਂ ਯਾਰ ਟੋਪੀ ਤਾਂ ਦੇਖ ਲੈਂਦੇ ਮੈਨੂੰ ਕੀ ਲੱਗੇ ਜ਼ੂਮ ਕਰਕੇ ਡਿਪਾਰਟਮੈਂਟ ਆਫ ਕਰੈਕਸ਼ਨ ਡਿਪਾਰਟਮੈਂਟ ਆਫ ਕਰੈਕਸ਼ਨ ਐਂਡਰਡ ਲਿਖਿਆ ਆ ਕਰਾਊਨ ਵੀ ਬਣਾਇਆ ਉੱਤੇ ਪੱਤੇ ਵੀ ਲਾਏ ਆ ਹੈ ਪੀਜੀ ਨਾਲ ਹੈ ਹੈ ਯੂ ਲੁਕਿੰਗ ਐ ਫੈਬਿਲਸ ਮਾਈ ਥੈਂਕ ਯੂ ਹਲੋ ਮੈਂ ਕਿਹਾ ਅਫਸਰ ਬੜੇ ਇਕੱਠੇ ਹੋਏ ਮੈਂ ਤਾਂ ਡਰ ਲੱਗਣ ਲੱਗ ਪਿਆ ਫੜ ਕੇ ਅੰਦਰ ਨਾ ਕਰ ਦੇਣਾ ਇਸਕੇ ਮੈਨੂੰ ਇਕੱਠੇ ਹੋ ਕੇ ਫੋਟੋਆਂ ਖਿਚਾ ਰਹੇ ਦੇਖ ਲਾ ਪੱਗ ਵਾਲਾ ਬਾਈ ਕੇ ਦੇਖ ਲਾ ਪੂਰੀ ਟੋਰ ਆ ਇਹਨਾਂ ਨੂੰ ਕਹੀਏ ਸਬਸਕ੍ਰਾਈਬ ਕਰ ਲਓ ਗੈਵੀ ਹੋਣੀ ਆ ਇਹਨਾਂ ਨੂੰ ਹੋਰ ਨਾ ਕਹਿੰਦੇ ਇਹਨੂੰ ਚੱਕ ਜਿਹਾ ਜਿਹੜੇ ਦੋ ਸਾਡੀ ਵੀਡੀਓ ਬਣਾਉਂਦੇ ਆ ਬਿਨਾਂ ਦੱਸਿਆ ਹੈ ਬਹੁਤਾ ਲੇਟ ਤਾਂ ਨਹੀਂ ਹੋ ਗਿਆ ਅਸੀਂ ਨਾ ਨਾ ਤੁਸੀਂ ਤਾਂ ਬਹੁਤ ਜਲਦੀ ਟਾਈਮ 'ਤੇ ਹਲੇ ਚਾਹ ਸ਼ੁਰੂ ਨਹੀਂ ਹੋਈ ਅਸੀਂ ਆਪਣੇ ਵੱਲੋਂ ਅਸੀਂ ਤਾਂ ਅਸੀਂ ਕਿਹਾ ਲੇਟ ਹੋ ਜਾਣਾ ਅਸੀਂ ਸਰਕਾਰੀ ਖਰਚੇ 'ਤੇ ਆਪਾਂ ਛੱਡ ਨੂੰ ਲਾਉਣੀ ਕੰਮ ਹਾਂ ਮਤਲਬ ਚਾਹ ਹੀ ਪੀ ਜਾਣੀ ਅਸੀਂ ਬਾਰ ਬਾਰ ਕੌਫੀ ਪੀ ਲਈਏ ਖਾਣ ਵਾਲਾ ਵੀ ਹੈਗਾ ਆ ਦੇਖਦੇ ਕੀ ਆ
ਲਾਟੂ ਕਿੱਥੇ ਦਾ ਆ? ਲਾਟੂ ਕਿੱਥੋਂ ਦਾ? ਉਹ ਹੈਗਾ ਆ ਟੌਂਗੇ ਦਾ। ਅੱਛਾ, ਉਹਨੂੰ ਮੈਂ ਕਿਹਾ ਉਹ ਯਾਰ ਨਾਈਸ ਨੇ, ਉਹ ਤੂੰ ਕਿਹਾ ਨਾਈਸ ਨੇ, ਮੈਂ ਹੱਸਾ ਗਿਆ। ਉਹ ਨਾ ਮੈਨੂੰ ਕਹਿੰਦਾ ਮੈਂ ਨਹੀਂ ਲਾਟੂ, ਮੈਂ ਕਹਿੰਦਾ ਨਾਈਸ ਨੇ, ਉਹਨੂੰ ਪਤਾ ਉਹ ਜਾਣ ਕੇ ਇਹਨੂੰ ਕਹਿੰਦਾ ਨਾਈਸ ਨੇ, ਉਹਨੂੰ ਪਤਾ ਵਾ ਲਾਟੂ ਘੁਮਾਉਣ ਵਾਲੇ ਨੂੰ। ਮੈਂ ਤਾਂ ਇਹ ਕਹਿਣ ਲੱਗਾ ਸੀ, ਮੈਂ ਕਿਹਾ ਥੋੜ੍ਹਾ ਹੈ ਵੀ ਗੋਲ ਮਟੋਲ ਜਿਹਾ ਲੱਗ ਵੀ ਰਿਹਾ। ਹੈਂ ਦੁੱਧ ਰੱਖਿਆ, ਚਾਹ ਰੱਖੀ ਆ ਤੇ ਕੱਪ ਰੱਖੇ ਇੱਧਰ। ਇੰਪ੍ਰੈਸ ਨਹੀਂ ਹੋਏ ਅਸੀਂ, ਅਸੀਂ ਤਾਂ ਭੁੱਖੇ ਰਹਿ ਗਏ ਅਸੀਂ, ਕੋਈ ਨਾ ਕੋਈ ਮਿਲੂਗਾ। ਦਿਲ ਗੋਰਿਆਂ ਵਾਲੀ ਚਾਹ ਇੱਦਾਂ ਬਣਾਉਂਦੇ ਆ, ਵਿੱਚ ਵਿੱਚ ਇਹਨਾਂ ਨੇ ਸਿੱਟ ਦੇਣਾ ਆਹ ਕੁਛ ਵੀ ਸੁੱਟਣਾ ਜੀ, ਸ਼ੂਗਰ ਆ, ਟੀ ਆ, ਆਹ ਕਿਹੜੀ ਟੀ ਆ, ਅਰਲੀ ਗਰੇ, ਨਾ ਆਪਾਂ ਸੁੱਟਦੇ ਹਾਂ ਬ੍ਰੇਕਫਾਸਟ ਇੰਗਲਿਸ਼। ਆਹ ਦੋਵੇਂ ਖੰਡ ਤਾਂ ਆਹ ਪੱਤੀ ਵਿੱਚ ਪਾ ਕੇ ਦੁੱਧ ਪਾ ਦੇਣਾ, ਬਸ ਤੇ ਇਸ ਚਾਹ ਬਣ ਗਈ। ਕਹਿੰਦਾ ਕਹਿੰਦਾ ਮੈਂ ਦਫ਼ਤਰ ਗਿਆ, ਕਹਿੰਦਾ ਉੱਥੇ ਨਾ ਜਾ ਕੇ ਉਹਨਾਂ ਨੇ ਨਾ ਕਹਿੰਦਾ ਮੈਨੂੰ ਚਾਹ ਦੇ ਤਵੀਤ ਘੋਲ ਕੇ ਪਿਲਾ ਦਿੱਤਾ, ਕਹਿੰਦਾ ਮੈਨੂੰ ਟੂਣਾ ਕਰਤਾ। ਕਹਿੰਦਾ ਤਵੀਤ ਨਹੀਂ, ਕਹਿੰਦਾ ਉਹ ਆ, ਕਹਿੰਦਾ ਉਹਨੂੰ ਟੀ ਪੈਕ ਕਹਿੰਦੇ ਆ, ਦੁੱਧ ਨਾਲ ਭਰ ਲਈ ਆ ਭੈਣ। ਉਹ ਬੇਟੇ ਆਵਾਜ਼ ਮਾਰੀ ਆ, ਬੇਟੇ ਜ਼ੂਮ ਨਹੀਂ ਭੈਣ ਮੈਨੂੰ ਅਸੀਂ ਸਾਨੂੰ ਲੱਭ ਨਹੀਂ ਰਹਿ ਕਿੱਥੇ ਆ, ਕਿੱਦਾਂ ਬੱਕਰੀ ਦੁੱਧ ਦੀ ਹੈ? ਤੂੰ ਟੇਸਟ ਕਰਕੇ ਦੱਸ, ਤੂੰ ਤਾਂ ਪੀਂਦਾ ਰਿਹਾ, ਤੂੰ ਛੱਡਿਆ ਕੋਈ? ਲਓ ਜੀ, ਛੀਤੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਹਜੇ ਐਸ ਕੇ ਦਾ ਨਾਂ ਨਹੀਂ ਬੋਲਿਆ ਹਜੇ, ਨਾਲੇ ਸਾਰਿਆਂ ਦੇ ਨਾਂ ਲਿਖੇ ਆ। ਹਸਲਾ ਇਸਮਾਇਲ ਹੱਸਿਆ ਹੱਸਿਆ ਬੜਾ ਜਾ, ਘਬਰਾਇਆ ਜਾ ਨਹੀਂ ਲੱਗਾ ਤੁਹਾਨੂੰ? ਹੈਂ, ਬੁੱਲਾਂ ਦੇ ਜੀਵ ਜਿਹਾ ਵਾਰ ਵਾਰ ਫੇਰਦਾ ਹੁੰਦਾ ਜਦੋਂ ਇਹ ਘਬਰਾ ਜਾਂਦਾ, ਹੁਣ ਫੇਰ ਲੈਂਦੇ ਆ। ਫੋਟੋ ਕਰਾ ਲਈਏ ਬਈ, 1 2 3 ਕਹਿੰਦੇ ਪੈਸੇ ਟੁੱਟ ਗਏ ਤਾਂ ਲੈ ਜਾਓ ਲੁੱਟ ਕੇ। ਆਹ ਹੈਗਾ ਆ, ਲੈ ਕਰਤੀ ਨਾ ਦੇਸੀਆਂ ਵਾਲੀ ਗੱਲ। ਆਹ ਹੈਗਾ ਮੈਨੂੰ ਲੱਗਦਾ ਐੱਗ, ਆਹ ਹੈਗਾ ਹੈਮ ਐਂਡ ਚੀਜ਼, ਅਤੇ ਆਹ ਮੈਨੂੰ ਦੇਖਣਾ ਪਊਗਾ ਵੀ ਕੀ ਚੀਜ਼ ਹੈ। ਪਹਿਲਾਂ ਜ਼ਿਆਦਾ ਨਹੀਂ ਪਲੇਟ ਭਰਨੀ, ਇੱਕ ਹੀ ਚੀਜ਼ ਆ। ਆਹ ਇਹਨੂੰ ਕਹਿੰਦੇ ਆ ਪੈਨੋ ਚੋਕਲਾ, ਆਹ ਬਾਅਦ 'ਚ ਲਾਇਆ, ਹੁਣ ਲਾਇਆ ਹੈ। ਲੈ ਇੰਨੀ ਵੀ ਨਹੀਂ ਭੁੱਖ, ਇੱਦਾਂ ਕਹੀ ਜਾਵੇ ਨਹੀਂ ਲੱਗੀ ਤਾਂ ਬਹੁਤ। ਇੱਦਾਂ ਆਹ ਰੋਲ ਆ, ਸਪਿਨਚ ਵਾਲੇ, ਕੋਈ ਚੀਜ਼ ਚੂਜ਼ ਪਾਇਆ ਆ। ਵਧੀਆ ਸਵਾਦ ਆ, ਵਧੀਆ ਸਵਾਦ ਆ। ਅੰਡਾ ਭੈਣਾ ਹੱਥ ਕਰਾ ਖੜੀ ਜਾਓ, ਸਰਕਾਰੀ ਸਮਾਨ ਖਾਂਦੇ ਹੋਏ ਕਹਿੰਦਾ ਜਦੋਂ ਜਵਾੜੇ ਦੁਖਣ ਲੱਗ ਪੈਣਾ ਉਦੋਂ ਹਟੇ ਹੋਏ, ਕਹਿੰਦਾ ਸਰਕਾਰੀ ਸਮਾਨ ਖਾਂਦੇ ਹੋਏ। ਜੇ ਕਿਸੇ ਨੇ ਜੋਬ ਜੂਬ ਲੈਣੀ ਹੋਵੇ ਉਹਨੂੰ ਕੀ ਸੁਝਾਅ ਦਊਂਗਾ? ਵਧੀਆ ਕਰਨੀ ਚਾਹੀਦੀ ਹੈ ਜੋਬ। ਪੈਸੇ ਪੂਸੇ ਕਿੰਨੇ ਕੁ ਹੋਊਗੇ ਫਿਰ ਵੀ? 65,000 ਸਟਾਰਟਿੰਗ ਆ ਐਨੂਅਲ, $65,000। ਲਓ ਜੀ, ਰੈਸਟੋਰੈਂਟ ਦਾ ਨਾਂ ਹੈਗਾ ਉਹ ਕਲਕੱਤਾ। ਕਿੱਥੇ ਹੈ ਕਲਕੱਤਾ? ਪਾਰਨੈਲ ਦੇ ਵਿੱਚ, ਪਾਰਨੈਲ ਨਿਊ ਮਾਰਕੀਟ ਥਾਂ ਦਾ ਨਾਮ ਹੈ। ਕਲਕੱਤੇ ਆਏ ਆ, ਥਰਡ ਟਾਈਮ ਇੱਥੇ? ਨਿਊਜ਼ 'ਚ ਇੰਨਾ ਵਧੀਆ ਰੈਸਟੋਰੈਂਟ ਆ। ਅੱਛਾ, ਫਾਈਨ ਡਾਈਨ 'ਚ ਆ ਇਹ? ਓਕੇ,
ਖਰਾਬ ਦਿੱਤਾ ਹੋਵੇ ਆਪਣੇ ਤਜਰਬੇ ਬਰੋ ਕਿੱਦਾਂ ਦਾ ਚੰਗਾ ਜੀ, ਸਤਿ ਸ੍ਰੀ ਅਕਾਲ, ਅਸੀਂ ਚੱਲਦੇ ਆ ਜੀ ਘਰਾਂ ਨੂੰ। ਮਸਾਲੇ ਮਸੂਲੇ ਮੀਡੀਅਮ ਕਰਾਇਆ ਸੀ, ਵਧੀਆ ਮਸਾਲੇ ਪੂਰੇ ਵਧੀਆ ਪਾਏ ਆ ਟੋਪ ਦੇ।